ਮੂਵੀ ਇੰਡੀਆ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰ੍ਹਾਂ ਕਿ ਸਾਉਣ ਦਾ ਮਹੀਨਾ ਉਹ ਖਤਮ ਹੋ ਚੁੱਕਾ, ਪਰ ਪੰਜਾਬ ਦੇ ਵਿੱਚ ਕਲਚਰ ਇੰਨਾ ਜਿਹੜਾ ਵਾ, ਪੰਜਾਬੀ ਕਲਚਰ ਚੱਲ ਰਿਹਾ ਕਿ ਹਜੇ ਤੱਕ ਵੀ ਸਾਉਣ ਦਾ ਮਹੀਨਾ ਜਿਹੜਾ ਵਾ ਤੀਆਂ ਜਿਹੜੀਆਂ ਉਹ ਮਨਾ ਰਹੀਆਂ। ਅੱਜ ਐਂਜਲ ਜਿਮ ਵੱਲੋਂ ਇੱਥੇ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਜਿਹਦੇ ਵਿੱਚ ਕਿ ਅੱਜ ਜਿਹੜੀਆਂ ਸੱਜ ਸਵਰ ਕੇ ਜਿਹੜੀਆਂ ਔਰਤਾਂ ਜਿਹੜੀਆਂ ਉਹ ਇੱਥੇ ਇਕੱਠੀਆਂ ਹੋਈਆਂ ਗੱਲਬਾਤ ਕਰਾਂਗੇ ਅਸੀਂ। ਸਭ ਤੋਂ ਪਹਿਲੇ ਅਸੀਂ ਗੱਲਬਾਤ ਕਰਾਂਗੇ ਜਿਹੜੇ ਜਿਮ ਦੇ ਓਨਰ ਨੇ। ਮੈਡਮ ਕੀ ਨਾਮ? ਮੈਡਮ ਕੀ ਕਹਿਣਾ ਚਾਹੋਗੇ ਤੀਆਂ ਦਾ ਤਿਉਹਾਰ, ਜਦਕਿ ਸਾਉਣ ਦਾ ਮਹੀਨਾ ਖਤਮ ਹੋ ਚੁੱਕਾ ਵਾ, ਫਿਰ ਵੀ ਤੁਸੀਂ ਇੱਥੇ ਮਨਾ ਰਹੇ ਹੋ, ਕਿਸ ਤਰ੍ਹਾਂ ਲੱਗ ਰਿਹਾ ਕਿ ਇਹ ਪਹਿਲਾਂ ਫੈਸਟੀਵਲ ਚੱਲ ਰਿਹਾ ਇੱਥੇ? ਇੱਕ ਮਿੰਟ ਸਾਰੇ ਤਿਆਰ ਹੁੰਦਾ, ਜਿੱਦਣ ਕਰਦੇ ਅਸੀਂ ਇੰਜੋਏ ਕਰਦੇ ਅਸੀਂ, ਬਹੁਤ ਵਧੀਆ ਲੱਗਦਾ ਵਾ। ਇੱਥੇ ਹੋਰ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ, ਇਹ ਸੀਗੇ ਜਿਮ ਦੇ ਓਨਰ। ਮੈਡਮ ਤੁਸੀਂ ਜਿਮ ਜਾਂਦੇ ਹੋ? ਹਾਂਜੀ ਹਾਂਜੀ, ਮੈਂ ਜਿਮ ਜਾਂਦੀ ਹਾਂ, ਮੈਂ ਇੱਕ ਹਾਊਸ ਵਾਈਫ ਹਾਂ ਅਤੇ ਮੈਨੂੰ ਥੋੜ੍ਹਾ ਹੀ ਟਾਈਮ ਹੋਇਆ ਜਿਮ ਜੁਆਇਨ ਕੀਤੇ ਨੂੰ, ਬਟ ਮੈਨੂੰ ਬਹੁਤ ਇੱਕ ਫੈਮਲੀ ਦੀ ਤਰ੍ਹਾਂ ਲੱਗਦਾ ਹੈ। ਉੱਥੇ ਦਾ ਇਨਵਾਇਰਮੈਂਟ ਇੰਨਾ ਅੱਛਾ ਹੈ ਜਿਮ ਦਾ, ਸਰ ਬਹੁਤ ਸਾਨੂੰ ਕੋਆਪਰੇਟ ਕਰਦੇ ਆ ਔਰ ਇੰਨਾ ਵਧੀਆ ਲੱਗਦਾ ਉੱਥੇ ਜਾ ਕੇ, ਫੈਮਲੀ ਕਨਵੀਨ ਹੈ ਸਾਡੀ। ਔਰ ਇਹ ਜਿਹੜਾ ਫੰਕਸ਼ਨ ਸਰ ਨੇ ਔਰਗਨਾਈਜ਼ ਕੀਤਾ, ਇਹ ਲਈ ਤਾਂ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਦੇਣਾ ਚਾਹਾਂਗਾ। ਕੁਛ ਵੱਖਰਾ ਨਹੀਂ ਲੱਗ ਰਿਹਾ ਉੱਥੇ? ਪਹਿਚਾਨੇ ਨੀ ਜਾ ਰਹੇ ਅਸੀਂ, ਇੰਨੇ ਜ਼ਿਆਦਾ ਸੋਹਣੇ ਲੱਗ ਰਹੇ ਸਾਰੇ ਸਾਡੇ ਜਿਮ ਦੇ ਪਾਰਟਨਰ ਜਿਹੜੇ ਸਾਡੇ ਹੈਗੇ ਆ, ਤੇ ਅਸੀਂ ਤਾਂ ਦੇਖ ਕੇ ਬੜੇ ਖੁਸ਼ ਹਾਂ। ਸਾਡਾ ਬੜਾ ਵਧੀਆ ਜਿਹਾ ਮਾਹੌਲ ਬਣਿਆ ਹੋਇਆ ਇੱਥੇ, ਇੱਕ ਬਹੁਤ ਹੀ ਇੰਜੋਏ ਕਰ ਰਹੇ ਹਾਂ ਅਸੀਂ, ਹੱਸ ਰਹੇ ਗਾ ਰਹੇ ਹਾਂ, ਗੇਮਸ ਖੇਲ ਰਹੇ ਹਾਂ ਔਰ ਬਹੁਤ ਹੀ ਮਜ਼ਾ ਆ ਰਿਹਾ। ਔਰ ਮੈਂ ਬਹੁਤ ਥੈਂਕ ਯੂ, ਧੰਨਵਾਦ ਸਰ। ਤੁਸੀਂ ਦੇਖ ਰਹੇ ਹੋ ਕਿ ਕਾਫੀ, ਕਿਉਂਕਿ ਜੇ ਆਪਾਂ ਗੱਲ ਕਰੀਏ ਜਿਮ ਦੇ ਵਿੱਚ, ਜਿਮ ਲਾਉਂਦੇ ਆ ਤੇ ਇੱਥੇ ਅੱਜ ਗਿੱਧੇ ਪਾਏ ਜਾ ਰਹੇ ਆ। ਇੱਥੇ ਸਾਡੇ ਨਾਲ ਇੱਕ ਖੂਬਸੂਰਤ ਮੈਡਮ ਜਿਹੜੇ ਆ ਉਹ ਆਏ ਹੋਏ ਨੇ, ਡਾਕਟਰ ਜੂਹੀ, ਜੋ ਕਿ ਇੱਥੇ ਹਰ ਸਾਲ ਜਿਹੜੇ ਆ ਐਜ਼ ਏ ਗੈਸਟ ਜਿਹੜੇ ਬੁਲਾਏ ਜਾਂਦੇ ਆ, ਇਸ ਵਾਰ ਵੀ ਉਹ ਆਏ ਹੋਏ ਆ। ਮੈਡਮ, ਸਭ ਤੋਂ ਪਹਿਲੇ ਤੁਹਾਡਾ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ 'ਤੇ। ਕੀ ਕਹੋਗੇ, ਕਿਸ ਤਰ੍ਹਾਂ ਦਾ ਲੱਗਦਾ ਤੁਸੀਂ ਹਰ ਸਾਲ ਇੱਥੇ ਆਉਂਦੇ ਹੋ, ਇੱਥੇ ਆ ਕੇ ਤੁਸੀਂ ਐਜ਼ ਏ ਗੈਸਟ ਜਿਹੜੀ ਭੂਮਿਕਾ ਵੀ ਨਿਭਾਉਂਦੇ ਹੋ ਜੱਜਾਂ ਦੀ, ਸਰ ਕਿਸ ਤਰ੍ਹਾਂ ਲੱਗਦਾ ਹੁੰਦਾ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ, ਅਤੇ ਤੀਆਂ ਦੇ ਤਿਉਹਾਰ ਦਾ ਬਹੁਤ 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 ਮੁਬਾਰਕਾਂ ਸਾਰਿਆਂ ਨੂੰ। ਮੈਂ ਪਿਛਲੀ ਵਾਰ ਵੀ ਆਈ ਸੀਗੀ ਇੱਥੇ ਐਜ਼ ਏ ਸੈਲੀਬ੍ਰਿਟੀ ਗੈਸਟ, ਇਸ ਵਾਰੀ ਫਿਰ ਮੈਨੂੰ ਬੁਲਾਇਆ ਰਾਜਿਤ ਸਰ ਨੇ ਐਜ਼ ਏ ਸੈਲੀਬ੍ਰਿਟੀ ਗੈਸਟ, ਔਰ ਜੂਰੀ ਬਣ ਕੇ ਇੱਥੇ ਸਾਰਿਆਂ ਨਾਲ, ਸਾਰਿਆਂ ਨੂੰ ਹੱਸਦੇ ਖੇਡਦੇ ਗਿੱਧਾ ਮਾਨੋ ਦੇਖ ਕੇ ਤਾਂ ਬਹੁਤ ਹੀ ਖੁਸ਼ੀ ਹੁੰਦੀ ਹੈ। ਪਲੱਸ ਆਪਣਾ ਇੱਕ ਯੂ ਨੋ ਪੰਜਾਬੀ ਕਲਚਰ ਬਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਂਦਾ, ਪੰਜਾਬੀ ਕਲਚਰ ਬਾਰੇ ਪਤਾ ਚੱਲਦਾ ਹੈ। ਤਾਂ ਮੈਨੂੰ ਲੱਗਦਾ ਹੈ ਕਿ ਸਿਰਫ ਸਾਨੂੰ ਸਾਰਿਆਂ ਨੂੰ ਨਹੀਂ, ਸਾਨੂੰ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣਾ ਚਾਹੀਦਾ, ਕਿਉਂਕਿ ਉਹ ਵੀ ਪੰਜਾਬੀ ਕਲਚਰ ਨਾਲ ਇਸ ਤਰ੍ਹਾਂ ਨਾਲ ਜੁੜੇ ਆ। ਮੈਂ ਡੈਂਟਿਸਟ ਹਾਂ ਬਾਈ ਪ੍ਰੋਫੈਸ਼ਨ, ਮਿਸਿਸ ਇੰਡੀਆ ਯੂਨੀਵਰਸ ਔਰ ਮਿਸਿਸ ਯੂਨੀਵਰਸਲ ਹਾਰਟ ਯੂਰੋਏਸ਼ੀਆ, ਵੂਮਨ ਆਫ ਦਾ ਯੂਨੀਵਰਸ ਐਂਡ ਅਪਕਮਿੰਗ ਮਿਸਿਸ ਅਰਥ ਦੇ ਪੇਜੈਂਟ 'ਤੇ ਜਾ ਰਹੀ ਹਾਂ। ਅਤੇ ਹੋਰ ਇਸ ਤੋਂ ਇਲਾਵਾ ਮੈਂ ਸਟੇਟ ਸੈਕਟਰੀ ਹਾਂ ਇੰਟਰਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ 'ਚ, ਵੂਮਨ ਵਿੰਗ 'ਚ। ਅਤੇ ਹੋਰ ਬਹੁਤ ਕੁਛ ਹੈ ਅੱਗੇ ਮੇਰੀ ਜ਼ਿੰਦਗੀ 'ਚ ਕਰਨ ਵਾਲਾ, ਉਮੀਦ ਕਰਦੀ ਹਾਂ ਕਿ ਜੋ ਮੈਂ ਚਾਹੁੰਦੀ ਹਾਂ ਉਹਦੇ 'ਤੇ ਖਰੀ ਉਤਰਾਂ।
ਇਹਦੇ ਸੀਗੇ ਸਾਡੇ ਨਾਲ ਡਾਕਟਰ ਜੂਹੀ ਜੋ ਕਿ ਡੈਂਟਿਸਟ ਵੀ ਨੇ, ਨਾਲ ਨਾਲ ਕਾਫੀ ਭੂਮਿਕਾ ਜਿਹੜੀਆਂ ਉਹ ਨਿਭਾਉਂਦੇ ਆ। ਹੋਰ ਵੀ ਇਹ ਗੱਲਬਾਤ ਕਰਾਂਗੇ। ਮੈਡਮ ਅੱਜ ਤੁਸੀਂ ਆਏ ਹੋ ਇੱਥੇ ਪਰ ਹਸਬੈਂਡ ਤੁਹਾਡੇ ਕਿਸੇ ਤੋਂ ਨਜ਼ਰ ਨਹੀਂ ਆ ਰਹੇ, ਅੱਜ ਮੈਨੂੰ ਲੱਗਦਾ ਉਹ ਘਰ ਦਾ ਕੰਮ ਕਰ ਰਹੇ। ਨਹੀਂ ਜੀ, ਉਹ ਸਾਨੂੰ ਛੱਡ ਕੇ ਗਏ ਆ। ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਜਦੋਂ ਪ੍ਰੋਗਰਾਮ ਖਤਮ ਹੋ ਗਿਆ ਸਾਨੂੰ ਲੈ ਜਾਓ। ਕਹਿੰਦਾ ਮਤਲਬ ਅੱਜ ਉਹ ਨੌਕਰੀ ਕਰ ਰਹੇ ਆ। ਜਿਹੜਾ ਤੀਜਾ ਤਿਉਹਾਰ ਆ ਜੀ, ਜਿਹੜੀ ਮਾਤਾ ਪਾਰਵਤੀ ਸੀਗੇ ਉਹਨਾਂ ਨੇ 108 ਸਾਲ ਦੀ ਤਪੱਸਿਆ ਕਰਕੇ ਸ਼ਿਵ ਜੀ ਨੂੰ ਪਾਇਆ ਸੀ ਅਤੇ ਫਿਰ ਉਹਨਾਂ ਨੂੰ ਵਿਆਹ ਕਰਨ ਦਾ ਸੁਭਾਗਿਆ ਪ੍ਰਾਪਤ ਹੋਇਆ। ਇਸੇ ਕਰਕੇ ਕਹਿੰਦੇ ਆ ਕਿ ਜਿਹੜੀਆਂ ਕੁੜੀਆਂ ਕੁਆਰੀਆਂ ਇਹ ਵਰਤ ਰੱਖਣ ਅਤੇ ਇਹ ਤੀਆਂ ਦਾ ਤਿਉਹਾਰ ਜਿੱਦਾਂ ਕਰਨ, ਤੀਆਂ ਮਨਾਉਣ, ਉਹ ਚਾਹੁੰਦੀਆਂ ਕਿ ਸਾਨੂੰ ਵੀ ਜਿੱਦਾਂ ਮਾਤਾ ਪਾਰਵਤੀ ਨੂੰ ਸ਼ਿਵਜੀ ਭਗਵਾਨ ਪ੍ਰਾਪਤ ਹੋਇਆ, ਸਾਨੂੰ ਵੀ ਇੱਕ ਵਧੀਆ ਹਮਸਫ਼ਰ ਪਤੀ ਮਿਲੇ। ਹਾਂਜੀ, ਇੱਥੇ ਹੋਰ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ। ਬਹੁਤ ਵਧੀਆ ਲੱਗ ਰਿਹਾ ਇੱਥੇ ਆ ਕੇ ਆਪਣੇ ਬਾਰੇ ਕੁਛ ਦੱਸਣ ਦਾ ਔਰ ਬਾਕੀਆਂ ਬਾਰੇ ਸੁਣਨ ਦਾ, ਔਰ ਕਾਫੀ ਸਾਰੀ ਨੌਲੇਜ ਗੇਨ ਹੁੰਦੀ ਆ, ਹਰ ਇੱਕ ਕੋਲੋਂ ਨਵੀਂ ਨਵੀਂ ਗੱਲਾਂ ਸਿੱਖਣ ਨੂੰ ਮਿਲਦੀਆਂ, ਔਰ ਆਪਣੇ ਸੱਭਿਆਚਾਰ ਬਾਰੇ, ਇੱਕ ਦੂਜੇ ਦੇ ਬਾਰੇ, ਔਰ ਹੋਰ ਕੀ ਕਿਸ ਤਰ੍ਹਾਂ ਸੋਚਦਾ ਹੈ ਨਾ, ਉਸ ਬਾਰੇ ਸਾਨੂੰ ਬਹੁਤ ਪਤਾ ਚੱਲਦਾ। ਕਿਉਂਕਿ ਇੱਕ ਪੰਜਾਬ ਹੀ ਐਸਾ ਹੈ ਨਾ ਸਟੇਟ ਹੈ ਕਿ ਜਿਹਦੇ ਵਿੱਚ ਸਾਰੇ ਆਪਸ ਰਲ ਮਿਲ ਕੇ ਰਹਿਣਾ ਪਸੰਦ ਕਰਦੇ ਆ। ਸੋ ਵਧੀਆ ਲੱਗਦਾ ਬਹੁਤ। ਬਿਲਕੁਲ ਏਦਾਂ ਵੀ ਆ, ਔਰ ਇੱਕ ਚੀਜ਼ ਲੇਡੀਜ਼ 'ਚ ਬਹੁਤ ਹੁੰਦੇ ਆ ਕਿ ਇੱਕ ਦੂਜੇ ਨੂੰ ਦੇਖਣਾ, ਕਿ ਜਿਮ 'ਚ ਤਾਂ ਅਸੀਂ ਨੋਰਮਲੀ ਟਰਾਊਜ਼ਰ ਐਂਡ ਟੀ ਸ਼ਰਟਸ ਪਾਈਆਂ ਹੁੰਦੀਆਂ ਨਾ, ਇੱਥੇ ਅਗਰ ਲੱਗਦਾ ਹਾਂ ਕੌਣ ਵਧੀਆ ਬਣ ਪਾਇਆ, ਕੌਣ ਕਿੰਨੇ ਸੁੱਕ ਪਾਇਆ, ਕੌਣ ਕਿੰਨਾ ਸੋਹਣਾ ਲੱਗ ਰਿਹਾ, ਇੱਕ ਦੂਜੇ ਨਾਲ ਟਾਈਮ ਸਪੈਂਡ ਕਰਨ ਨੂੰ ਜ਼ਿਆਦਾ ਮੌਕਾ ਮਿਲਦਾ। ਸੋ ਵਧੀਆ ਹੋਣਾ ਚਾਹੀਦਾ ਇੱਦਾਂ, ਔਰ ਹਮੇਸ਼ਾ ਮਨਾਉਣਾ ਵੀ ਚਾਹੀਦਾ। ਇੱਥੇ ਤੁਹਾਨੂੰ ਮਿਲਾ ਰਹੇ ਆ ਜਿੰਨੇ ਵੀ ਜਿਹੜੇ ਜਿੰਮ ਲਗਾਉਂਦੇ ਆ, ਪਰ ਇੱਥੇ ਇੱਕ ਖਾਸ ਮਹਿਮਾਨ ਜਿਹੜੇ ਆ ਉਹ ਵੀ ਇੱਥੇ ਆਏ ਹੋਏ ਨੇ, ਜਿਨ੍ਹਾਂ ਦੀ ਰੂਬਰੂ ਜਿਹੜੀ ਸ਼ਕਲ ਆ ਸੁਰਿੰਦਰ ਮਿੱਟੀ ਨਾਲ ਮਿਲਦੀ ਆ, ਉਹਨਾਂ ਨੂੰ ਮਿਲਾਉਂਦੇ ਸੀ। ਮੈਡਮ ਅਸੀਂ ਹਰ ਸਾਲ ਇੱਥੇ ਕਵਰ ਕਰਦੇ ਹਾਂ ਅਤੇ ਹਰ ਸਾਲ ਅਸੀਂ ਤੁਹਾਨੂੰ ਸਾਡਾ ਕਲਚਰ ਚਲਾ ਗਿਆ ਹੈ।
ਇੱਕ ਹੋਰ ਮੈਡਮ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਮੈਡਮ ਪਹਿਲਾਂ ਮੈਂ ਕਹੂੰਗੀ ਬਹੁਤ ਹੀ ਮਾੜਾ ਹੋਇਆ। ਅਸੀਂ ਆਪਣੇ ਟੀਮਾਂ ਵੱਲੋਂ ਵੀ ਲਾਏ ਸੀ ਉਹਦੇ ਬਿਆਨ, ਆਪਣੀ ਪਾਰਟੀ ਵੱਲੋਂ, ਬੀਜੇਪੀ ਵੱਲੋਂ ਵੀ, ਕਿਉਂਕਿ ਇੱਕ ਉਹ ਆਮ ਲੜਕੀ ਨਹੀਂ ਸੀ, ਬਿਲਕੁਲ ਹੀ ਮੰਨ ਲਓ ਇੱਕ ਡਾਕਟਰ ਸੀ। ਡਾਕਟਰ ਇੱਕ ਰੱਬ ਦਾ ਰੂਪ ਹੁੰਦਾ ਵਾ। ਜਿਵੇਂ ਕਿ ਮੰਨ ਲਓ ਕੋਈ ਵੀ ਲੈਣ ਆ, ਅਜੇ ਆਪਣੀ ਲੜਕੀ ਜਾਂ ਕੋਈ ਵੀ ਔਰਤ ਇਸ ਦੇਸ਼ 'ਚ ਸੁਰੱਖਿਅਤ ਨਹੀਂ ਹੈਗੀ, ਠੀਕ ਹੈ। ਇੱਕ ਡਾਕਟਰ ਇੰਨੀ ਪੜ੍ਹੀ ਲਿਖੀ ਲੜਕੀ ਜਿਹਦੇ ਨਾਲ ਰੇਪ ਨੂੰ ਤਾਂ ਛੱਡੋ, ਇੱਕ ਰੇਪ ਨੋਰਮਲੀ ਇਹਨਾਂ ਨੇ ਗੱਲ ਬਣਾ ਲਈ, ਜਿਹੜੀ ਉਹਦੀ ਹਮਾਨੀਅਤ ਹੋਈ ਆ ਨਾ, ਹਮਾਨੀਅਤ ਉਹਦੇ ਨਾਲ ਸਭ ਤੋਂ ਜ਼ਿਆਦਾ ਹੁੰਦੀ। ਜਿੱਦਾਂ ਕਿ ਮਤਲਬ ਦਿੱਲੀ ਗੈਂਗਰੇਪ ਹੋਇਆ ਸੀ, ਉਹ ਤੋਂ ਵੀ ਗੰਦੀ ਹਮਾਨੀਅਤ ਹੋਈ ਆ। ਪਰ ਮੈਂ ਤਾਂ ਇੱਕੋ ਹੀ ਮੈਸੇਜ ਦਊਂਗੀ ਕਿ ਆਪਣਾ ਪੰਜਾਬ ਫਿਰ ਵੀ ਇਸ ਚੀਜ਼ ਤੋਂ ਬਹੁਤ ਬਚਿਆ ਹੋਇਆ ਵਾ। ਜਿਹੜੀਆਂ ਪੰਜਾਬ ਤੋਂ ਬਾਹਰ ਸਟੇਟਾਂ, ਮੰਨ ਲਓ ਯੂਪੀ, ਬਿਹਾਰ, ਕੋਲਕਾਤਾ, ਉੱਧਰ ਬਿਲਕੁਲ ਹੀ ਲੜਕੀ ਨੂੰ ਨਿਕਲਣਾ ਬਹੁਤ ਹੀ ਮਨਾ ਕੀਤਾ ਹੋਇਆ, ਕਿ ਜਦੋਂ ਵੀ ਹਮਾਨੀਅਤ ਹੋ ਜਾਂਦੀ ਪੰਜਾਬ ਤਾਂ ਫਿਰ ਵੀ ਬਹੁਤ ਬਚਿਆ ਹੋਇਆ ਵਾ। ਸਾਡੇ ਪੰਜਾਬ ਦੇ ਵਿੱਚ ਫਿਰ ਵੀ ਇਸ ਕਲਚਰ ਨੂੰ, ਇੱਕ ਲੇਡੀਜ਼ ਦੇ ਦੁਪੱਟੇ ਨੂੰ ਉਹਦੀ ਇੱਜ਼ਤ ਮੰਨਿਆ ਜਾਂਦਾ ਵਾ, ਇਸ ਲਈ ਸਾਡਾ ਪੰਜਾਬ ਫਿਰ ਵੀ ਬਚਿਆ। ਪਰ ਉਸ ਦੇ ਵਾਸਤੇ ਅੱਜ ਅਸੀਂ ਸਾਰੇ ਜਿਮ ਦੇ ਜਿਹੜੇ ਓਨਰ ਨੇ ਜਾਂ ਉਸ ਤੋਂ ਇਲਾਵਾ ਜਿਹੜੇ ਜਿਮ ਲਗਾਉਂਦੇ ਨੇ ਉਹ ਸੀਗੇ, ਅਤੇ ਇਸੇ ਤਰ੍ਹਾਂ ਜਿਹੜਾ ਵਾ ਆਪਣੀ ਜਿਹੜੀ ਆਪਾਂ ਜੇ ਗੱਲ ਕਰੀਏ ਸੱਭਿਆਚਾਰ ਨੂੰ, ਅਤੇ ਐਨਜੀਓ ਜਿਮ ਵਾਲੇ ਵੀ ਕੈਂਪ ਜਿਹੜੇ ਆ ਉਹ ਰੱਖਦੇ ਨਜ਼ਰ ਆ ਰਹੇ ਆ। ਹਰ ਸਾਲ ਜਿਹੜਾ ਵਾ ਇੱਥੇ ਆ ਕੇ ਜਿਹੜਾ ਵਾ ਪ੍ਰੋਗਰਾਮ ਜਿਹੜਾ ਕਰਾਉਂਦੇ ਤੀਜ ਫੈਸਟੀਵਲ, ਅਤੇ ਇਹਨਾਂ ਦਾ ਇਹੀ ਕਹਿਣਾ ਕਿ ਅੱਗੇ ਤੋਂ ਵੀ ਇਸ ਤਰ੍ਹਾਂ ਦਾ ਜਿਹੜਾ ਵਾ ਫੈਸਟੀਵਲ ਜਿਹੜਾ ਤੀਜ ਦਾ ਉਹ ਲਗਾਤਾਰ ਅਸੀਂ ਕਰਵਾਉਂਦੇ ਰਹਾਂਗੇ। ਕਪੂਰਥਲਾ ਦੇ ਕੈਮਰਾਮੈਨ ਰਜਿੰਦਰ ਰਾਜੂ ਦੇ ਨਾਲ ਗਗਨ ਸਿੰਘ ਦੀ ਰਿਪੋਰਟ, ਇੰਡੀਅਨ ਨਿਊਜ਼।